ਸਭ ਤੋਂ ਪਹਿਲਾਂ ਤਾਂ Khanna ji ਕਿਸ ਤਰੀਕੇ ਦੇ ਨਾਲ ਸਾਰੀ ਕੈਂਪੇਨ ਜਿਹੜੀ ਚੱਲ ਰਹੀ ਹੈ ਕਿਵੇਂ ਸਾਰਾ ਦੇਖ ਰਹੇ ਹੋਗੇ ਚਾਹੇ ਪਿੰਡਾਂ ਦੀ ਗੱਲ ਹੈ ਚਾਹੇ ਸ਼ਹਿਰ ਦੀ ਗੱਲ ਹੈ ਸੰਗਰੂਰ ਦੇ ਵਿੱਚ ਇਹੋ ਜਿਹਾ ਬਹੁਤ ਮਾਹੌਲ ਚੰਗਾ ਹੈ ਪੂਰੇ ਪੰਜਾਬ 'ਚ ਮਾਹੌਲ ਚੰਗਾ ਹੈ ਮੇਰੇ ਤੋਂ ਇੱਥੇ ਪੁਰਾਣੀ ਲਿੰਕ ਰਹੇ ਹੈ ਮੇਰਾ ਤਾਂ ਬਹੁਤ ਪਿਆਰ ਸਤਿਕਾਰ ਮੈਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਵੀ ਮਿਲ ਰਿਹਾ ਸ਼ਹਿਰ ਦੇ ਵਿੱਚ ਤਾਂ ਤੁਸੀਂ ਵੈਸੀ ਦੇਖ ਰਹੇ ਹੋ ਸ਼ਹਿਰ ਦੇ ਲੋਗ ਵੈਸੀ ਮੋਦੀ ਸਾਹਿਬ ਕਰਨੀ ਹੋਏ ਮੇਰੇ ਨਾਲ ਵੀ ਬਹੁਤ ਪਿਆਰ ਹੈ ਨਾ ਤਾਂ ਤੇ ਪਿਆਰ ਸਤਿਕਾਰ ਤੋਂ ਸਾਰੇ ਪਾਸੇ ਮਿਲ ਰਿਹਾ ਹੈ ਪਰ ਜਦ ਜੇ ਆਪਾਂ ਗੱਲ ਕਰ ਰਹੇ ਹਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਔਰ ਤੁਹਾਡੇ ਰਾਹੀ ਮੈਂ ਅੱਗੇ ਇਹ ਗੱਲ ਪਹੁੰਚਾਉਣਾ ਚਾਹੁੰਦਾ ਕਿ ਪੰਜਾਬ ਦਾ ਇਲੈਕਸ਼ਨ ਫੇਅਰ ਐਂਸਕੁਆਇਰ ਹੋਣਾ ਚਾਹੀਦਾ ਇਹਦੇ ਵਿੱਚ ਮੈਨੂੰ ਜੋ ਪਤਾ ਲੱਗਿਆ ਦੋ ਚਾਰ ਐਸੇ ਲੋਕ ਹਨ ਮੇਰੇ ਇਲਾਕੇ ਦੇ ਵਿੱਚ ਮੈਨੂੰ ਪਤਾ ਔਰ ਮੈਨੂੰ ਇਹ ਵੀ ਸੁਣਨ ਨੂੰ ਆਇਆ ਕਿ ਪੂਰੇ ਪੰਜਾਬ 'ਚ ਇੱਕ ਦੋ ਐਸੇ ਲੋਕ ਹਨ ਜੋ ਸਰਕਾਰੀ ਮੁਲਾਜ਼ਮ ਹਨ ਕਈ ਸੀਨੀਅਰ ਹੋਣ ਤੇ ਜੂਨੀਅਰ ਉਹਨਾਂ ਨੂੰ ਪਤਾ ਮੈਂ ਕੀ ਦੀ ਗੱਲ ਕਰ ਰਿਹਾ ਉਹ ਪੱਖਵਾਜ਼ ਕਰਦੇ ਹਨ ਔਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਮੈਨੂੰ ਨਹੀਂ ਪਤਾ ਕਿ ਮਾਰਚ ਦਾ ਰਿਜ਼ਲਟ ਕੀ ਹੋਣਾ ਹੈ ਮੈਨੂੰ ਯਕੀਨ ਹੈ ਕਿ ਬੀਜੇਪੀ ਦੀ ਸਰਕਾਰ ਬਣੇਗੀ ਪਰ ਮੈਂ ਵੈਸੇ ਉਹਨਾਂ ਨੂੰ ਸਾਵਧਾਨੀ ਦੇਣਾ ਚਾਹੁੰਦਾ ਕਿ ਸੈਂਟਰ ਦੇ ਵਿੱਚ ਅਗਲੇ 8 ਸਾਲ ਬੀਜੇਪੀ ਦੀ ਸਰਕਾਰ ਹੈ ਉਹ ਕਹੀ ਨਹੀਂ ਜਾ ਰਹੀ ਔਰ ਸਾਰੇ ਮੁਲਾਜ਼ਮ ਐਂਡ ਦੇ ਵਿੱਚ ਬੀਜੇ ਸੈਂਟਰ ਸਰਕਾਰ ਤੇ ਕਹੀ ਨਾ ਕਹੀ ਉਹਨਾਂ ਦੇ ਥੱਲੇ ਆਂਦੇ ਆ ਔਰ ਜੇ ਕਿਸੇ ਨੇ ਚਾਹੇ ਸੀਨੀਅਰ ਅਫਸਰ ਹੋਵੇ ਚਾਹੇ ਜੂਨੀਅਰ ਅਫਸਰ ਹੋਵੇ ਚਾਹੇ ਮੀਡਲ ਲੈਵਲ ਦਾ ਅਫਸਰ ਹੋਵੇ ਕਿਸੇ ਨੇ ਪਖਵਾਸ ਕੀਤਾ ਬੀਜੇਪੀ ਪੂਰੀ ਕਾਰਵਾਈ ਕਰੇਗੀ ਔਰ ਮੈਂ ਅਬ ਦਾਅਵੇਦਾਰ ਕਹਿੰਦਾ ਕਰਾਵਾਂਗਾ ਮੈਂ ਇਹ ਪੰਜਾਬ ਦੇ ਵਿਵਕ ਦੀ ਲੜਾਈ ਹੈ ਸਾਨੂੰ ਫੇਅਰ ਐਨ ਸਕੁਆਇਰ ਇਲੈਕਸ਼ਨ ਚਾਹੀਦਾ ਸਾਨੂੰ ਕੋਈ ਦਖਲਅਜ਼ੀ ਨਹੀਂ ਚਾਹੀਦੀ ਸਾਡੇ ਇਲੈਕਸ਼ਨ ਦੇ ਵਿੱਚ ਇਹ ਲੋਕਾਂ ਦਾ ਇਲੈਕਸ਼ਨ ਹੈ ਲੋਕਾਂ ਨੂੰ ਅਧਿਕਾਰ ਹੈ ਆਪਣਾ ਨੁਮਾਇੰਦਾ ਆਪ ਚੁਣਨ ਦਾ ਔਰ ਮੈਂ ਬਿਲਕੁਲ ਇਹ ਇੰਟਰਫੀਰੈਂਸ ਇਹਨਾਂ ਦੀ ਬਰਦਾਸ਼ਤ ਨਹੀਂ ਕਰਾਂਗਾ ਵਿਚਿੰਦਰ ਸਿੰਘਲਾ ਦੇ ਵਿਕਾਸ ਦੀ ਗੱਲ ਬੜੀ ਹੁੰਦੀ ਹੈ ਕਿ ਪਿੱਛੇ ਸੁਪੀਰ ਬਾਦਲ ਆ ਕੇ ਵੀ ਕਹਿ ਕੇ ਗਏ ਕਿ ਰੋਡ ਤੋਂ ਤੇ ਕੇ ਹੋਰ ਪਾਸੋਂ ਵੀ 7% ਦੀ ਮੰਗ ਕੀਤੀ ਸੀ ਕਰਪਸ਼ਨ ਨੂੰ ਕਿਸ ਢੰਗ ਨਾਲ ਦੇਖ ਰਹੇ ਹੋਗੇ ਕਿਕ ਵਿਕਾਸ ਵੀ ਹੋਇਆ ਤੇ ਕਰਪਸ਼ਨ ਦੇ ਵੀ ਉਨੇ ਹੀ ਇਲਜ਼ਾਮ ਲੱਗੇ ਜਾ ਰਹੇ ਨੇ ਕਿ ਕਾਂਗਰਸ ਤੇ ਦੇਖੋ 2-3 ਦਿਨ ਪਹਿਲਾਂ ਦੀ ਗੱਲ ਹੈ ਮੈਨੂੰ ਇਹ ਸਵਾਲ ਇੱਕ ਹੋਰ ਪੱਤਰਕਾਰ ਨੇ ਕੀਤਾ ਸੀ ਔਰ ਮੈਂ ਇਹਨੂੰ ਐਵੇਂ ਗੋਲ ਕਰਤਾ ਸੀ ਮੈਂ ਪਰਸਨਲ ਅਲੀਗੇਸ਼ਨ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਪਰ ਕੱਲ ਵਿਜੇਂਦਰ ਸਿੰਘਲਾ ਦੇ ਕਈ ਸਾਥੀਆਂ ਨੇ ਇੱਕ ਆਪਣੇ ਸੋਸ਼ਲ ਮੀਡੀਆ ਤੇ ਨੌਨਸੈਂਸ ਗੱਲਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਜੇ ਇਹ ਵੋ ਸਿਆਸਤ ਕਰਨਾ ਚਾਹੁੰਦੇ ਤਾਂ ਮੈਂ ਵੀ ਇਹ ਕਹਿਣਾ ਚਾਹੁੰਦਾ ਕਿ ਜੋ ਵੀ ਵਿਕਾਸ ਪੰਜਾਬ ਤੇ ਸੜਕਾਂ ਦਾ ਹੋਇਆ ਉਹ ਸੈਂਟਰ ਸਰਕਾਰ ਦੇ ਪੈਸੇ ਤੋਂ ਹੋਇਆ ਨਿਤਨ ਗਤਕਰੀ ਜੀ ਦੇ ਮਹਿਕਮੇ ਤੋਂ ਹੋਇਆ ਔਰ ਮੈਂ ਤੁਹਾਨੂੰ ਫਿਰ ਕਹਿਣਾ ਮੈਂ ਆਪਣੇ ਜਵਾਨ ਦਾ ਪੱਕਾ ਕਾਰਵਾਈ ਮੈਂ ਕਰਾਵਾਂਗਾ ਜੇ ਉਹ ਗੰਦੀ ਸਿਆਸਤ ਖੇਡਣਾ ਚਾਹੁੰਦੇ ਜੇ ਇਸ ਤਰੀਕੇ ਦੀ ਸਿਆਸਤ ਖੇਡਣਾ ਚਾਹੁੰਦੇ ਤਾਂ ਮੇਰੀ ਗਾਰੰਟੀ ਹੈ ਚਾਹੇ ਉਹ ਬਰੇਟੇ ਦੇ ਬੰਦੇ ਹੋਣ ਚਾਹੇ ਪਟਿਆਲੇ ਦੇ ਹੋਣ ਚਾਹੇ ਜਲੰਧਰ ਦੇ ਹੋਣ ਸਾਰੇ ਦੇ ਨਾਮ ਸਾਡੇ ਕੋਲ ਹੈ ਪੂਰੇ ਪੰਜਾਬ ਜਾਂਦਾ ਠੀਕ ਹੈ ਇੱਕ ਤੋਂ ਐਸਾ ਵੀ ਉਹਨਾਂ ਦਾ ਰਿਸ਼ਤੇਦਾਰ ਹੈ ਜੋ 3-4 ਸਾਲ ਸਜ਼ਾ ਕੱਟ ਕੇ ਵੀ ਆਇਆ ਹੂੰ ਠੀਕ ਹੈ ਸਾਰੇ ਨੂੰ ਪਤਾ ਮੈ ਕਿਦੀ ਗੱਲ ਕਰ ਰਿਹਾ ਤੇ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਚੰਗੀ ਰਾਜਨੀਤੀ ਖੇਡੋ ਇਹ ਜ਼ਮਾਨਾ ਬਦਲ ਗਿਆ ਹੈ ਲੋਕਾਂ ਨੂੰ ਇਹ ਵਗਲਤ ਰਾਜ ਜਨਾ ਪਾਓ ਬਖਰਾ ਗਏ ਆ ਸਾਰੇ ਮੈਂ ਹਜ ਤੱਕ ਕੁਝ ਨਹੀਂ ਕਿਹਾ ਕਿਸੇ ਦੇ ਬਾਰੇ ਮੈਂ ਆਪਣੀ ਨੀਤੀਆਂ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਔਰ ਉਹ ਆਪਣੀ ਨੀਤੀਆਂ ਪੇਸ਼ ਕਰੇ ਆਪਣੀ ਪਾਲਿਸੀਆਂ ਪੇਸ਼ ਕਰੇ ਆਪਣੀ ਸਰਕਾਰ ਦੀ ਜੋ ਉਹਨਾਂ ਨੇ ਕਿਤਾਬ ਗਾਸ ਕਰ ਵਰ ਜੇ ਉਹ ਉਸ ਪਾਸੇ ਜਾ ਰਹੇ ਮੈਂ ਵਾਅਦਾ ਕਰਦਾ ਪੰਜਾਬ ਦੇ ਲੋਕਾਂ ਨਾਲ ਕਿ ਐਨੇ ਚਾਏ ਤੋਂ ਪੂਰੀ ਕਾਰਵਾਈ ਕਰਾਵਾਂਗਾ ਉਹ ਸਰਕਾਰ ਮੈਂ ਕਹਿ ਰਿਹਾ ਦੁਬਾਰਾ ਬੀਜੇਪੀ ਦੀ ਸਰਕਾਰ ਹੈ ਫੰਡਸ ਐਨ ਐਚ ਆਈ ਤੋਂ ਆਏ ਹਨ ਔਰ ਮੈਂ ਪੂਰੀ ਜਾਂਚ ਕਰਾਵਾਂਗਾ ਕਿ ਇਹ ਕਿੱਥੇ ਗਏ ਕਿਨੇ ਕੀ ਖਾਇਆ ਥੈਂਕ ਯੂ ਜਿਨ੍ਹਾਂ ਲੋਕਾਂ ਦੀ ਗੱਲ ਕਰ ਰਹੇ ਹੋ ਤੁਸੀਂ ਉਹਨਾਂ ਨੇ ਕਿਹੋ ਜਿਹਾ ਕੰਮ ਕੀਤੇ ਜਿਹੜੇ ਤੁਸੀਂ ਕਹਿ ਰਹੇ ਹੋ ਕੋਈ ਪਤਾ ਹੀ ਸਾਰੇ ਪੰਜਾਬ ਨੂੰ ਪਤਾ ਮੈਨੂੰ ਕਹਿਣ ਦੀ ਕੀ ਲੋਟ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਸੀ ਪਰ ਕੱਲ ਜੋ ਇਹਨਾਂ ਨੇ ਪੋਸਟ ਲਾਇਆ ਮੇਰੇ ਮੈਨੂੰ ਅਤਵਾਦ ਕੀ ਕੀ ਨਾ ਅਤੰਕੀ ਬਣਾਏ ਮੈਂ ਅਤੰਕੀ ਹਾਂ ਮੇਰੀ ਕੰਪਨੀਆ ਮੇਕ ਇਨ ਇੰਡੀਆ ਦੇ ਪ੍ਰੋਜੈਕਟ ਕਰਦੀ ਹੈ ਇੰਡੀਆ ਦੇ ਵਿੱਚ ਮੇਕ ਇਨ ਇੰਡੀਆ ਦੇ ਡਿਫੈਂਸ ਦੇ ਮੇਰੇ ਜੋ ਕੰਪਨੀ ਜੋ ਡਿਫੈਂਸ ਦੇ ਇਕਵਿਪਮੈਂਟ ਬਣਾਉਂਦੀ ਹੈ ਉਸ ਇਕਵਿਪਮੈਂਟ ਦੇ ਰਾਹੀਂ ਆਪਾਂ ਪਾਕਿਸਤਾਨੀਆਂ ਨੂੰ ਦੂਰ ਰੱਖ ਰਹੇ ਆਪਾਂ ਚਾਈਨਾ ਨੂੰ ਦੂਰ ਰੱਖ ਰਹੇ ਮੇਰੇ ਮੇਕ ਇਨ ਇੰਡੀਆ ਦੇ ਕੰਪਨੀਆਂ ਹਨ ਚਲੋ ਹੁਣ ਮੇਰੇ ਕੋਲ ਦੈ ਨੇ ਮੇਰੇ ਬੇਟਿਆਂ ਦੇ ਕੋਲ ਹੈ ਪਰ ਜੋ ਮੈਂ ਪਿਛਲੇ 20 ਸਾਲ ਇੰਡੀਆ ਦੇ ਵਿੱਚ ਕੰਮ ਕੀਤਾ ਜਦ ਇਹਨਾਂ ਦਾ ਰਾਜ ਸੀ ਔਰ ਇਹ ਕਹਿੰਦੇ ਕਿ ਮੈਨੂੰ ਕਾਂਗਰਸ ਸੇ ਕੱਟਿਆ ਇਹਨੂੰ ਵੀ ਪਤਾ ਹੈ ਸਾਰੀ ਕਾਂਗਰਸ ਪਾਰਟੀ ਮੇਰੇ ਪਿੱਛੇ ਸੀ ਕਿ ਜੁਆਇਨ ਕਰ ਜਾਓ ਜੁਆਇਨ ਕਰ ਜਾਓ ਸੁਖਬੀਰ ਬਾਦਲ ਮੇਰੇ ਪਿੱਛੇ ਸੀ ਜੁਆਇਨ ਕਰ ਜਾਓ ਪ੍ਰਿਆੰਕਾ ਗਾਂਧੀ ਦੇ ਮੈਨੂੰ ਫੋਨ ਆਇਆ ਨਵਜੋਤ ਸਿੱਧੂ ਮੈਨੂੰ ਚਾਰ ਵਾਰ ਮਿਲ ਕੇ ਗਿਆ ਚੰਨੀ ਸਾਹਿਬ ਦੇ 10 ਮੌਨ ਆ ਚੁਕੇ ਮੈਨੂੰ ਸਾਰੇ ਮੈਨੂੰ ਕਹਿੰਦੇ ਜੁਆਇਨ ਕਰੋ ਮੈਂ ਇਸ ਕਰਕੇ ਨਹੀਂ ਜੁਆਇਨ ਕੀਤਾ ਕਿਉਂਕਿ ਇਹਨਾਂ ਦੀ ਅਕਲ ਮਾੜੀ ਆ ਇਹਨਾਂ ਦੇ ਕੋਲ ਕੋਈ ਨੀਤੀਆਂ ਨਹੀਂ ਹੈ ਕੋਈ ਪਾਲਸੀਆਂ ਨਹੀਂ ਹੈ ਸੱਚਾਈ ਨਾਲ ਮੈਂ ਕਹਿੰਦਾ ਬਦਲਾ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਹੈ ਭਾਰਤੀ ਜਨਤਾ ਪਾਰਟੀ ਹੈ ਇਹ ਬਦਲਾਤ ਅੱਪਾ ला ਸਕਦੇ ਕੇਂਦਰ ਸਾਡੇ ਕੋਲ ਹੈ ਕੇਂਦਰ ਸਰਕਾਰ ਦੇ ਜੇਬ ਢੂੰਗੇ ਹੁੰਦੇ ਆ ਔਰ ਇਹ ਜੋ ਪੰਜਾਬ ਦੇ ਉੱਤੇ ਜੋ ਕਰਜਾ ਹੈ ਸਾਰਾ ਕੁਝ ਪ੍ਰੋਬਲਮ ਹੈ ਇਹ ਸਿਰਫ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੂਰ ਕਰ ਸਕਦੀ ਹੈ ਜਿੰਨੀ ਲੋਕ ਜਿੰਨੀ ਜਿੰਨੀ ਪੈਟ੍ਰੀਓਟਿਜ਼ਮ ਮੇਰੇ ਵਿੱਚ ਆ ਮੇਰਾ ਬਿਜ਼ਨਸ ਸੀ ਡਿਫੈਂਸ ਦਾ ਮੇਰੇ ਹੁਣ ਬੇਟਿਆਂ ਦੇ ਕੋਲ ਹੈ ਮੁਨਾਫਾ ਫਾ ਬਣਾਉਂਦੇ ਮੁਨਾਫਾ ਬਣਾਉਣ ਚ ਕੋਈ ਹਰਜ ਨਹੀਂ ਹੈ ਆਪਾਂ ਕਮਿਸ਼ਨ ਨਹੀਂ ਲੈਂਦੇ ਕਿਸੇ ਹੋਰ ਦੇ ਕੰਮ ਦੇ ਉੱਤੇ ਤੇ ਇਸ ਕਰਕੇ ਮੈਂ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਗੁਸ ਕਮਿਸ਼ਨ ਖਾਈ ਹੈ ਜੇ ਤੁਸੀਂ ਇਸ ਤਰੀਕੇ ਦੀ ਰਾਜਨੀਤੀ ਕਰਨੀ ਹੈ ਔਰ ਇਸ ਤਰੀਕੇ ਦੇ ਫੇਸਬੁੱਕ 'ਚ ਕਰਨਾ ਆਪਾਂ ਵੀ ਸੋਸ਼ਲ ਮੀਡੀਆ 'ਚ ਇੱਕ ਗੇਮ ਖੇਡ ਸਕਦੇ ਹਾਂ ਪਰ ਇਹ ਗੇਮ 20 ਤਾਰੀਖ ਨੂੰ ਐਂਡ ਨਹੀਂ ਹੋਣੀ ਇੱਥੇ ਕਾਰਵਾਈ ਕਰਾਵਾਂਗੇ ਟਕਾ ਕੇ ਅਰਵਿੰਦ ਖੰਨਾ ਵੀ ਇੱਕ ਉਮੀਦਵੀ ਸੀ ਤੇ ਉਹ ਉਮੀਦ ਨੇ ਪਿੰਡਾਂ ਦੇ ਵਿੱਚ ਵੀ ਕੀਤਾ ਕਿਸਾਨੀ ਅੰਦੋਲਨ ਹੋਇਆ ਕਿਸਾਨੀ ਅੰਦੋਲਨ ਤੋਂ ਬਾਅਦ ਭਾਜਪੀ ਨੇ ਜਿਹੜਾ ਹੈਗਾ ਕਾਨੂੰਨ ਵੀ ਵਾਪਸ ਕੀਤੇ ਅਰਵਿੰਦ ਖੰਨਾ ਨੂੰ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਰਿਸਪੌਂਸ ਹੁਣ ਮਿਲ ਰਿਹਾ ਹੈ ਉਮੀਦ ਨੂੰ ਲੈ ਕੇ ਵੀ ਤੇ ਬਾਕੀ ਜੋ ਵਿਰੋਧ ਹੈ ਕਿਵੇਂ ਸਾਰਾ ਇਹ ਦੇਖ ਰਹੇ ਹੋਗੇ ਤੁਸੀਂ ਦੇਖੋ ਦੋ ਪੱਖ ਹਨ ਇਹਦੇ ਉਮੀਦ ਸਾਥਸਤਾ ਦੀ ਜੋ ਸੇਵਾਵਾਂ ਹਨ ਜੋ ਲੋਕ ਉਮੀਦ ਦੇ ਨਾਲ ਜੁੜੇ ਸੀ ਉਹ ਮੈਨੂੰ ਬਹੁਤ ਵੈਲਕਮ ਕਰ ਰਹੇ ਬਹੁਤ ਪਿਆਰ ਸਤਿਕਾਰ ਦੇ ਰਹੇ ਹਨ ਪੁਰਾਣੇ ਵੀ ਜੋ ਕਾਂਗਰਸੀ ਵਰਕਰ ਸੀਗੇ ਉਹਨਾਂ ਦੇ ਨਾਲ ਮੇਰਾ ਬਹੁਤ ਪਿਆਰ ਸੀ ਮੈਂ ਪੁਰਾਣਾ ਕਾਂਗਰਸ ਵਰਕਰ ਰਹਿ ਚੁੱਕਾ ਹਾਂ ਇਸ ਇਲਾਕੇ ਦੇ ਵਿੱਚ ਮੇਰੀ ਉਹਨਾਂ ਦੇ ਨਾਲ ਤਾਲਮੇਲ ਇਵਨ ਇਹ ਪਿਛਲੇ 4-5 ਸਾਲਦਰ ਮੈਂ ਦੂਰ ਰਿਹਾ ਹਾਂ ਤਾਲਮੇਲ ਮੇਰਾ ਉਹਨਾਂ ਦੇ ਨਾਲ ਪੂਰਾ ਰਿਹਾ ਤੇ ਇਸ ਕਰਕੇ ਆ ਯਾਰ ਐਟ ది ਐਂਡ ਆਫ ਦਿ ਬੰਦਾ ਕੀ ਚਾਹੁੰਦਾ ਬੰਦਾ ਅ ਇੱਜ਼ਤ ਹੀ ਪਾਲ ਰਿਹਾ ਹੋਰ ਕੁਝ ਨਹੀਂ ਪਾਲਦਾ ਹਰ ਇੱਕ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹਰ ਇੱਕ ਬੰਦਾ ਆਪਣੇ ਆਪ ਸਭ ਕੁਝ ਕਰ ਸਕਦਾ ਹੈ ਬੰਦਾ ਕਹਿੰਦਾ ਯਾਰ ਮੈਂ ਕਿਸੇ ਦੇ ਘਰ ਜਾਂਦਾ ਮੈਨੂੰ ਇੱਜ਼ਤ ਚਾਹੀਦੀ ਆ ਠੀਕ ਹੈ ਮੈਨੂੰ ਇੱਜ਼ਤ ਨਾਲ ਮਿਲੇ ਪਿਆਰ ਨਾਲ ਮਿਲੇ ਠੀਕ ਹੈ ਇਹ ਬੰਦਾ ਪਾਲਦਾ ਹੈ ਉਹਨਾਂ ਨੂੰ ਪਤਾ ਕਿ ਖੰਨੇ ਨੇ ਹਮੇਸ਼ਾ ਉਹਨਾਂ ਨੂੰ ਇੱਜ਼ਤ ਦਿੱਤੀ ਹੈ ਹਮੇਸ਼ਾ ਉਹਨਾਂ ਦੇ ਉਹਨਾਂ ਦੀ ਸੋਚ ਪਹਿਲੇ ਰੱਖੀ ਹੈ ਉਹਨਾਂ ਦੀ ਡਿਮਾਂਡ ਪਹਿਲੇ ਰੱਖੀ ਮੇਰੀ ਕੀ ਡਿਮਾਂਡ ਮੇਰੀ ਤਾਂ ਕੋਈ ਡਿਮਾਂਡ ਹੀ ਨਹੀਂ ਹੈ ਉਹਨਾਂ ਦੀ ਡਿਮਾਂਡ ਮੇਰੀ ਡਿਮਾਂਡ ਹੈ ਉਹਨਾਂ ਦੇ ਨਾਲ ਉਹਨਾਂ ਦੇ ਲੜਾਈਆਂ 'ਚ ਮੈਂ ਖੜਿਆ ਉਹਨਾਂ ਦੇ ਦੁੱਖ ਵਿੱਚ ਮੈਂ ਖੜਿਆ ਹਮੇਸ਼ਾ ਮੈਂ ਉਹਨਾਂ ਨਾਲ ਖੜਿਆ ਆਂ ਔਰ ਅੱਜ ਵੀ ਖੜਾ ਖੜਿਆ ਆਂ ਔਰ ਅੱਗੇ ਵੀ ਖੜਾ ਰਾਵਾਂ ਇਸ ਕਰਕੇ ਉਹ ਵੀ ਮੈਨੂੰ ਵੈਲਕਮ ਕਰ ਰਹੇ ਲੋਕ ਜੋ ਸਰ ਪਿਆਰ ਸਤਕਾਰ ਤੇ ਉਹ ਕਿਉਂਦੇ ਚਾਹੇ ਤੁਸੀਂ ਉਹਨੂੰ ਤਨਖਾਹ ਦੋ ਚਾਹੇ ਉਹਨੂੰ ਤੋਂ ਫਰੀਜੇ ਕੰਮ ਕਰਾਓ ਜੇ ਤੁਸੀਂ ਉਹਨੂੰ ਪਿਆਰ ਸਤਕਾਰ ਨਹੀਂ ਦਿਓਗੇ ਕੋਈ ਤੁਹਾਡੇ ਨਾਲ ਟਿੱਡੋ ਨਹੀਂ ਆ ਮੈਂ ਤਾਂ ਹਮੇਸ਼ਾ ਪਿਆਰ ਸਤਕਾਰ ਦਿੰਦਾ ਇਸ ਕਰਕੇ ਲੋਕ ਸਾਡੇ ਨਾਲ ਔਰ ਵਧੀਆ ਰਿਸਪੌਂਸ ਮਿਲਿਆ ਹਰਿਆਣਾ ਚ ਮੁਕਦਮੇ ਦਰਜ ਹੋਏ ਸੀਗੇ 278 ਮੁਕਦਮੇ ਵੀ ਅਜ ਹਰਿਆਣਾ ਸਰਕਾਰ ਨੇ ਵਾਪਸ ਕਰ ਲਏ ਨੇ ਕਿਸਾਨਾਂ ਦੇ ਰੱਦ ਕਰ ਦਿੱਤੇ ਨੇ ਕੀ ਕਹੋਗੇ ਬਹੁਤ ਵਧੀਆ ਗੱਲ ਹੈ ਹੋਰ ਵੀ ਹੋਣਗੇ ਮੈਂ ਤੁਹਾਨੂੰ ਗਾਰੰਟੀ ਨਾਲ ਕਹਿੰਦਾ ਵੀਰ ਜੀ ਗਾਰੰਟੀ ਨਾਲ ਕਹਿੰਦਾ ਪ੍ਰਾਈਮ ਮਿਨਿਸਟਰ ਸਾਹਿਬ ਜੇ ਸਾਡੇ ਖਿਲਾਫ ਹੁੰਦੇ ਤਾਂ ਸਿਰਫ ਕਾਨੂੰਨ ਵਾਪਸ ਲੈ ਲੈ ਲੈਂਦੇ ਉਹਨਾਂ ਨੇ ਮਾਫੀ ਮੰਗੀ ਹੈ ਸ਼ਰਿਆਂ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਨੇ ਸਾਰਿਆਂ ਮਾਫੀ ਮੰਗੀ ਹੈ ਔਰ ਕਿਹਾ ਕਿ ਮੈਂ ਕਿਸਾਨਾਂ ਦੇ ਜਥੇਬੰਦੀਆਂ ਨਾਲ ਬੈ ਕੇ ਇਸ ਤਰੀਕੇ ਦੀ ਆਪਾਂ ਕਾਨੂੰਨ ਕੱਢਾਂਗੇ ਜੋ ਸਾਰਿਆਂ ਦੇ ਹੱਕ ਚ ਹੋ ਦੇਖੋ ਸਾਨੂੰ ਵੀ ਪਤਾ ਹੈ ਕਿ ਵਿਕਾਸ ਕਿਵੇਂ ਹੋਊਗਾ ਵਿਕਾਸ ਹੋਗਾ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਇੰਡਸਟਰੀ ਨੂੰ ਆਪਾਂ ਬਣਾਣੀ ਹੈ ਔਰ ਇੱਕ ਕਿਸਾਨੀ ਨੂੰ ਅੱਗੇ ਕਰਨਾ ਹੈ ਦੋਨੋਂ ਸਾਨੂੰ ਕਰਨੇ ਪੈਣੇ ਔਰ ਇੰਡਸਟਰੀ ਨੂੰ ਮੈਂ ਕਹਿ ਰਿਹਾ ਤੁਹਾਨੂੰ ਅੱਜ ਪੰਜਾਬ ਦੇ ਲੋਕਾਂ ਨਾਲ ਮੇਰਾ ਵਾਅਦਾ ਰਿਹਾ ਕਿ ਜਦ ਪੰਜਾਬ ਦੇ ਵਿੱਚ ਆਪਾਂ ਇੰਡਸਟਰੀ ਪੈਦਾ ਕਰਾਂਗੇ ਜਦ ਫੈਕਟਰੀਆਂ ਲੱਗਣਗੀਆਂ ਤਾਂ 80% ਉਹ ਫੈਕਟਰੀਆਂ ਦੇ ਵਿੱਚ ਸਿਰਫ ਤੇ ਸਿਰੇ ਪੰਜਾਬੀਆਂ ਨੂੰ ਨੌਕਰੀਆਂ ਦਿੱਤੀ ਜਾਣਗੀਆਂ ਕੋਈ ਆਊਟਸਾਈਡਰ ਨੂੰ ਆਪਾਂ ਨੌਕਰੀ ਨਹੀਂ ਦਿੰਦੇ ਨਹੀਂ ਜੇ ਸਾਡੇ ਪੰਜਾਬ ਤੇ ਫੈਕਟਰੀ ਹੈ ਤਾਂ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਰੋਜ਼ਗਾਰੀ ਵਾਸਤੇ ਹੈ ਕਿਸੇ ਹੋਰ ਸੂਬੇ ਦੇ ਬੱਚਿਆਂ ਵਾਸਤੇ ਨਹੀਂ ਹੈ ਇਹ ਵੀ ਮੇਰਾ ਬਾਇਦਾ ਰਹਾ ਹੈ ਆਪਾਂ ਅਲੀਸ਼ਾ ਬੇਗਮ ਨਾ ਕੋਈ ਚੁਣौती ਨਾ ਕੋਈ ਇਨਾਮ ਸਿਰਫ ਕੰਮ ਨੂੰ ਸਲਾਮ ਵਸ਼ੇਕਰਨ ਕਰਵਾਉਣਾ ਹੋਵੇ ਜਾਂ ਤੋੜਵਾਉਣਾ ਹੋਵੇ ਪਿਆਰ ਵਿੱਚ ਤੋਖਾ ਵਿਆਹ ਲਈ ਮਾਮਬਪ ਦਾ ਨਾਮ ਮੰਨਣਾ ਕੰਮ ਉਹੀ ਜੋ ਸਿਰ ਚੜ ਕੇ ਬੋਲੇ ਇੱਧਰ ਉੱਧਰ ਨਾ ਪਟਕੋ ਦੁਆ ਵੀ ਤਕਦੀਰ ਬਦਲ ਸਕਦੀ ਹੈ ਸੋਚਣ ਨਾਲ ਨਹੀਂ ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਜੇ ਤੁਹਾਡੀ ਕਿਸਮਤ ਵਿੱਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ ਸੁਪਰ ਸਪੈਸ਼ਲਿਸਟ ਪਤੀ ਅਤੇ ਪਤਨੀ ਵਿੱਚ ਘਰਦਰਾਰ ਪ੍ਰੇਮ ਵਿਆਹ ਨੌਕਰੀ ਕਾਰੋਬਾਰ ਵਿੱਚ ਰੁਕਾਵਟ ਅਦਾਲਤੀ ਕੇਸ ਤਲਾ ਚ ਦਵਾਈ ਦਾ ਨਾ ਲੱਗਣਾ ਅਲੀਸ਼ਾ ਬੇਗਮ ਵਰ্ল্ড ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ ਸਾਰਿਆਂ ਥਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ 일 ਮਾਧਿਮਾਹੀਰ A to Z ਸਮੱਸਿਆਵਾਂ ਦਾ ਫੋਨ ਤੇ ਕਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਨ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਦੀ ਪਰੇਸ਼ਾਨੀ ਕਾਰਜ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝ ਹੁਣੇ ਕਾਲ ਕਰੋ ਬਾਬਾ सलीम ਖਾਨ 9819937460